ਜੀ ਜ਼ਿਕਰ ਕਰਨ ਲੱਗਿਆ ਚੱਪੜਚਿੜੀ ਦੀ ਧਰਤੀ ਦਾ ਜਿੱਥੇ ਇੱਕ ਪਾਸੇ ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਇੱਕ ਪਾਸੇ ਕਲਗੀਧਰ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਬਾਬਾ ਫਤਿਹ ਸਿੰਘ ਬਾਬਾ ਬਾਜ ਸਿੰਘ ਬਾਬਾ ਵਿਨੋਦ ਸਿੰਘ ਬਾਬਾ ਕਾਨ ਸਿੰਘ ਬਾਬਾ ਰਣ ਸਿੰਘ ਵਰਗੇ ਯੋਧੇ ਮੈਦਾਨੇ ਜੰਗ ਵਿੱਚ ਬੱਬਰ ਸ਼ੇਰ ਦੀ ਤਰ੍ਹਾਂ ਗੱਜਦੇ ਆ ਸੁਣੋ ਜੀ ਉੱਥੇ ਜੰਗ ਹੋ ਰਿਹਾ ਕਿਸ ਤਰ੍ਹਾਂ ਬਈ ਮੈਦਾਨੇ ਬਿਜਲੀ ਕੱਢਦੇ ਨੇ ਖੰਡੇ ਜਦ ਖੜਕ 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 ਖੜਕਣ ਮਹਾਨ ਸਿਰਜਣ ਦਹਿਸ਼ਤ ਦਾ ਪਰਚੀਆਂ ਕੜਕ 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 ਖੜਕਣ ਯੋਧੇ ਟੁੱਟ ਕੇ ਪੈ ਜਾਂਦੇ ਬਤੂਤੇ ਤੜਕ 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 ਤੜਕਣ ਸੋਧਣ ਸੁੱਟ ਘੋੜਿਆਂ ਤੋਂ ਹੱਡੀਆਂ ਚੜਕ ਚੜਕ ਚੜ ਚੜਕਣ ਕਈ ਆਖਰੀ ਸਾਹਾਂ ਤੇ ਕੰਡ ਕੜ 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 ਕੜਕਣ ਨਾਂ ਛੱਡੀਏ ਜਿੰਦ ਸਵਾੜਿਆ ਪੈਰੀ ਰੜਕ ਰੜਕ ਰੜ ਰੜਕਣ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਹਾਥੀ ਦੇ ਉੱਤੇ ਬੈਠਾ ਤੱਕਿਆ ਸੂਬੇਦਾਰ ਵਜ਼ੀਰ ਖਾਂ ਬਾਬਾ ਜੀ ਦੇ ਟੌਲੇ ਫਰਕੀ ਉੱਠੇ ਇੰਦਰਾ ਵਿੱਚ ਖੂਨ ਦੇ ਟੌਲੇ ਆ ਗਏ ਕਹਿੰਦੇ ਸਿੰਘੋ ਤਕੜੇ ਹੋ ਜਾਓ ਆਓ ਬੈਠਾ ਸੂਬੇਦਾਰ ਵਜ਼ੀਰ ਖਾਂ ਜਿਸ ਜਲਮ ਨੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚੜਵਾਏ ਨੇ ਅੱਜ ਇਸ ਪਾਪੀ ਦੇ ਸਿਰ ਕਾਟਾ ਲਾ ਦਿਓ ਪਰ ਸਿੰਘਾਂ ਨੂੰ ਚੜ ਕੇ ਚਾਹ ਉਹਨਾਂ ਪੜਿਆ ਤੇ ਹਿਸ਼ ਬਾਬਰ ਮੋਹੇ ਹੈ ਸ਼ੁਕਰਮਨ ਤੇ ਕਬਹੂ ਨਾ ਡਰੋ ਨਾ ਡਰਵਾਰ ਸੋ ਜਬ ਜਾਇਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀ ਮਨ ਕੋ ਲਾਲਚ ਹੋ ਗੁਣ ਤੋਂ ਉੱਚਰੋ ਜਬ ਆਪ ਕੀ ਯਾਦ ਨਿਧਾਨ ਬਣੇ ਅਤ ਹੀਰਣ ਮੇ ਤਬ ਜੂਝ ਮਰੋ ਪੜ ਕੇ ਵੀ ਰਸਤੀ ਪਾਣੀ ਸਿੰਘਾਂ ਨੇ ਛੱਡੇ ਚੱਕਾਰੇ ਭਈ ਮਾਰ ਕੇ ਲਲਕਾਰੇ ਕਾਰੀ ਹਿਲਾ ਕੇ ਤਾਂ ਬਰਬਾ ਭਾਈ ਕੈਸੇ Woo!